ਅੱਜ ਬਠਿੰਡਾ ਦੇ ਇੱਕ ਹੋਰ ਨੌਜਵਾਨ ਨੇ ਭਾਰਤ ਦਾ ਨਾਂ ਪੂਰੇ ਵਿਦੇਸ਼ ਦੇ ਵਿੱਚ ਉੱਚਾ ਕੀਤਾ ਹੈ। ਵਿਦੇਸ਼ ਦੀ ਧਰਤੀ 'ਤੇ ਇੱਕ ਯੂਨੀਵਰਸਿਟੀ ਦੇ ਵਿੱਚ ਪ੍ਰੈਜ਼ੀਡੈਂਟ ਚੁਣੇ ਗਏ ਨੇ। ਉਹਨਾਂ ਦੇ ਪਿਤਾ ਸਾਡੇ ਨਾਲ ਨੇ। ਨਾਲ ਹੀ ਤੁਹਾਨੂੰ ਦੱਸ ਦਈਏ ਕਿ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਬੜੀ ਵੱਡੀ ਅਚੀਵਮੈਂਟ ਹੈ ਜਿਹੜੀ ਕੀਤੀ ਗਈ ਹੈ। ਸਾਬਕਾ ਕੈਬਨਿਟ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਵੀ ਉਹਨਾਂ ਦੇ ਘਰ ਆਏ ਨੇ, ਵਧਾਈਆਂ ਦੇਣ, ਗੱਲਬਾਤ ਵੀ ਕਰਦੇ ਹਾਂ ਬੇਟੇ ਦੇ ਪਿਤਾ ਦੇ ਨਾਲ। ਸਰ, ਸਭ ਤੋਂ ਪਹਿਲਾਂ ਦੱਸੋਗੇ ਕੀ ਨਾਮ ਹੈ ਬੇਟੇ ਦਾ, ਕਿੰਨੀ ਉਮਰ ਹੈ? ਹਾਂ, ਬੇਟੇ ਦਾ ਨਾਮ ਪਦਮਜੀਤ ਸਿੰਘ ਮਹਿਤਾ ਹੈ, ਉਹਦੀ ਉਮਰ 21 ਸਾਲ ਹੈ। ਸਰ, ਇਹ ਕਿਹੜੀ ਯੂਨੀਵਰਸਿਟੀ ਹੈ ਅਤੇ ਕੀ ਅਚੀਵਮੈਂਟ ਹੋਈ ਹੈ? ਇਹ ਯੂਨੀਵਰਸਿਟੀ ਔਫ ਵੈਸਟ ਮਿਨਿਸਟਰ ਹੈ। ਉਸ ਦੇ ਵਿੱਚ ਉਹਨੇ ਐਜ਼ ਏ ਪ੍ਰੈਜ਼ੀਡੈਂਟ ਇਲੈਕਸ਼ਨ ਲੜਿਆ ਸੀ, ਜੋ ਇਲੈਕਸ਼ਨ ਬਹੁਤ ਹੀ ਜ਼ਿਆਦਾ ਮਾਰਜਨ ਨਾਲ ਜਿੱਤਿਆ। ਅੱਜ ਤੱਕ ਉਹ ਪਹਿਲੀ ਵਾਰੀ ਹੋਇਆ ਵੀ ਇੰਨੇ ਮਾਰਜਨ ਨਾਲ ਉਹ ਇਲੈਕਸ਼ਨ ਜਿੱਤਿਆ। ਉਹਨੇ 3 ਰਿਕਾਰਡ ਬ੍ਰੇਕ ਕੀਤੇ ਨੇ। ਪਹਿਲਾ ਰਿਕਾਰਡ ਉਹਨੇ ਬ੍ਰੇਕ ਕੀਤਾ ਵੀ ਪਹਿਲਾ ਹਿੰਦੁਸਤਾਨੀ ਪਿਛਲੇ 180 ਸਾਲਾਂ 'ਚ ਜਿਹਨੇ ਇਹ ਹੌਸਲਾ ਕੀਤਾ ਇਲੈਕਸ਼ਨ ਲੜਨ ਦਾ, ਔਰ ਉਹ ਹੌਸਲੇ ਤੋਂ ਬਾਅਦ ਉਹਨੇ ਬਹੁਤ ਹੀ ਅੱਛੇ ਤਰੀਕੇ ਨਾਲ ਜਿੱਤ ਪ੍ਰਾਪਤ ਕੀਤੀ ਹੈ। ਦੂਜਾ ਉਹਨੇ ਰਿਕਾਰਡ ਬ੍ਰੇਕ ਕੀਤਾ ਵੀ ਇਹ ਪਹਿਲੀ ਵਾਰੀ ਹੋਇਆ ਵੀ ਸਿਟਿੰਗ ਪ੍ਰੈਜ਼ੀਡੈਂਟ ਨੂੰ ਉਹਨੇ ਹਰਾਇਆ। ਇਹ ਅੱਜ ਤੱਕ ਉਸ ਯੂਨੀਵਰਸਿਟੀ 'ਚ ਕਦੇ ਨਹੀਂ ਹੋਇਆ। ਤੀਸਰਾ, ਉਹ ਵੱਧ ਤੋਂ ਵੱਧ ਮਾਰਜਨ ਦੇ ਵਿੱਚ ਉਹ ਜਿੱਤਿਆ। 3 ਰਿਕਾਰਡ ਉਹਨੇ ਉੱਥੇ ਜਾ ਕੇ ਲੰਡਨ ਦੇ ਵਿੱਚ ਜਾ ਕੇ ਸਿਰਫ 2 ਸਾਲ ਦੇ ਸਮੇਂ ਤੋਂ ਬਾਅਦ ਆਪਦੇ ਮੇਲ ਮਿਲਾਪ ਨਾਲ ਔਰ ਕਾਫੀ ਮਿਹਨਤ ਸਦਕਾ ਉਹਨੇ ਇਹ ਰਿਕਾਰਡ ਬ੍ਰੇਕ ਕਰਕੇ ਔਰ ਐਜ਼ ਏ ਪ੍ਰੈਜ਼ੀਡੈਂਟ ਉਹਨੇ ਜਿੱਤ ਪ੍ਰਾਪਤ ਕੀਤੀ। ਸਰ, ਥੋੜ੍ਹਾ ਜਿਹਾ ਇਹ ਵੀ ਜਾਣਕਾਰੀ ਦਿਓ ਕਿ ਹੁਣ ਬੇਟੇ ਦਾ ਕੰਮ ਕੀ ਹੋਣਾ ਉੱਥੇ? ਬੇਟਾ ਹੁਣ ਉਹ ਸਾਰਾ ਸਟੂਡੈਂਟ ਤਕਰੀਬਨ ਉਸ ਯੂਨੀਵਰਸਿਟੀ ਦੇ ਵਿੱਚ 22,000 ਬੱਚਾ ਪੜ੍ਹ ਰਿਹਾ ਇਸ ਟਾਈਮ। ਉਹਨਾਂ ਦੀ ਜੋ ਵੀ ਦੁੱਖ ਤਕਲੀਫ ਹੈ, ਉਹਨਾਂ ਦੀ ਜੋ ਵੀ ਅੱਗੇ ਬਜਟਸ ਹੈਗੇ ਨੇ ਉਹ ਦੇਖੇਗਾ। ਜਿਸ ਤਰ੍ਹਾਂ ਟੂਰਿਜ਼ਮ ਦਾ ਬਜਟ ਅਲੱਗ ਹੈ, ਐਕਟੀਵਿਟੀਜ਼ ਦਾ ਬਜਟ ਅਲੱਗ ਹੈ, ਉਹ ਸਾਰੀਆਂ ਚੀਜ਼ਾਂ ਉਹਦੇ ਨਜ਼ਰੀਏ ਦੇ ਥਰੂ, ਉਹਦੇ ਹੱਥ ਥਰੂ, ਮਤਲਬ ਉਹ ਚੰਗਾ ਮਾੜਾ ਕੀ ਕਰ ਸਕਦਾ, ਬੱਚਿਆਂ ਦਾ ਕਿੰਨਾ ਚੰਗਾ ਕਰ ਸਕਦਾ, ਉਹ ਜਿਹੜੀ ਟੌਪ ਮੈਨੇਜਮੈਂਟ ਆ ਯੂਨੀਵਰਸਿਟੀ ਦੀ, ਉਹਨਾਂ ਨਾਲ ਮਿਲ ਕੇ ਉਹ ਬਣਾਉਂਦੇ ਨੇ ਬਜਟ ਪੂਰੇ ਸਾਲ ਦਾ। ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਇੱਕ ਇਗਜ਼ਾਮਪਲ ਹੈ, ਮੈਂ ਜੋ ਉਹਨੇ ਮੈਨੂੰ ਦੱਸਿਆ ਵੀ ਹੁਣ ਕਾਫੀ ਸਾਰੇ ਬੱਚੇ ਉਹ ਬਾਹਰ ਫੋਰਨ ਜਾਂਦੇ ਨੇ ਉੱਥੋਂ ਚੈੱਕ ਕਰਨ ਲਈ ਵੀ ਉੱਥੇ ਕੀ ਹੈ, ਅਲੱਗ ਅਲੱਗ ਦੇਸ਼ਾਂ ਜਾਂਦੇ ਨੇ, ਉਹਦਾ ਵੀ ਇੱਕ ਅਲੱਗ ਬਜਟ ਹੈ। ਉਹ ਬੱਚਿਆਂ ਨੂੰ ਫ੍ਰੀ ਜਾਣਾ ਆਉਣਾ ਖਾਣਾ ਪੀਣਾ ਹੁੰਦਾ, ਉਹ ਬੱਚਿਆਂ ਦੀ ਐਲੀਜੀਬਿਲਟੀ ਦੇ ਹਿਸਾਬ ਨਾਲ ਉਹ ਚੁਣਦੇ ਨੇ, ਬੱਚੇ ਅਪਲਾਈ ਕਰਦੇ ਨੇ। ਇਸੇ ਤਰ੍ਹਾਂ ਹੀ ਉੱਥੇ ਫੰਕਸ਼ਨਸ ਹੁੰਦੇ ਨੇ, ਐਕਟੀਵਿਟੀਜ਼ ਹੁੰਦੀਆਂ ਨੇ, ਉਹ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਬੱਚਿਆਂ ਦੇ ਫੇਵਰ 'ਚ ਹੈ, ਸਪੋਰਟਸ ਐਕਟੀਵਿਟੀਜ਼ ਕਿਹੜੀਆਂ ਹੈਗੀਆਂ ਬੱਚਿਆਂ ਲਈ, ਉਹ ਕੀ ਹੋਰ ਯੂਨੀਵਰਸਿਟੀ ਲਈ ਕਰ ਸਕਦੇ ਹੈ, ਯੂਨੀਵਰਸਿਟੀ ਦੀ ਰੈਂਕਿੰਗ ਕਿਵੇਂ ਵਧਾ ਸਕਦੇ, ਇਸ ਤਰ੍ਹਾਂ ਦੇ ਕਈ ਮੁੱਦੇ ਹੈ ਜਿਹੜੇ ਉਹ ਕਰ ਸਕਦੇ ਨੇ। ਸਰ, ਤੁਸੀਂ ਇੱਕ ਪਿਤਾ ਵੀ ਹੈ ਨਾ, ਉਹਦੇ 'ਤੇ ਕਿੰਨੀ ਕੁ ਵੱਡੀ ਮਾਣ ਵਾਲੀ ਗੱਲ ਹੈ? ਇਹ ਮੇਰੇ ਲਈ ਤਾਂ ਹੈ ਹੀ ਹੈ, ਪਰ ਮੇਰੇ ਤੋਂ ਬਾਅਦ ਪੂਰੇ ਬਠਿੰਡਾ ਵਾਸੀਆਂ ਵਾਸਤੇ, ਪੰਜਾਬ ਵਾਸਤੇ, ਹਿੰਦੁਸਤਾਨ ਵਾਸਤੇ ਬਹੁਤ ਮਾਣ ਦੀ ਗੱਲ ਹੈ ਵੀ ਇੱਥੋਂ ਬੱਚਾ ਜਾ ਕੇ ਇੱਕ ਉਹੋ ਜਿਹੇ ਦੇਸ਼ ਜਾ ਕੇ ਜਿਹਨੇ ਪੂਰੀ ਦੁਨੀਆ 'ਤੇ ਰਾਜ ਕੀਤਾ ਹੈ, ਉੱਥੇ ਜਾ ਕੇ ਉਹਨੇ ਇਹ ਜਿੱਤ ਪ੍ਰਾਪਤ ਕੀਤੀ ਹੈ, ਇਹ ਸਭ ਲਈ ਬਹੁਤ ਮਾਣ ਦੀ ਗੱਲ ਹੈ। ਅਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਮਲੂਕਾ ਸਾਹਿਬ ਦਾ, ਜਿਨ੍ਹਾਂ ਨੇ ਟਾਈਮ ਕੱਢ ਕੇ ਬਹੁਤ ਜ਼ਿਆਦਾ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਇੱਥੇ ਆ ਕੇ ਸਾਡੇ ਪਰਿਵਾਰ ਨੂੰ ਮਤਲਬ ਬਹੁਤ ਜ਼ਿਆਦਾ ਖੁਸ਼ੀਆਂ ਦੇ ਲਈ ਸਾਨੂੰ ਬਹੁਤ ਜ਼ਿਆਦਾ ਦਿੱਤੀਆਂ ਨੇ, ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਅਤੇ ਇਸੇ ਤਰ੍ਹਾਂ ਹੀ ਜਿਵੇਂ ਸਾਨੂੰ ਮਾਣ ਦੀ ਗੱਲ ਹੈ, ਇਹਨਾਂ ਲਈ ਮਾਣ ਦੀ ਗੱਲ ਹੈ, ਅਤੇ ਬਠਿੰਡਾ ਵਾਸੀਆਂ ਲਈ ਅਤੇ ਪੰਜਾਬ ਲਈ ਸਭਨੀ ਮਾਣ ਦੀ ਗੱਲ ਹੈ। ਬਿਲਕੁਲ ਜੀ, ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਉਮਰ ਵੀ ਕਾਫੀ ਛੋਟੀ ਹੈ ਅਤੇ ਐਡੀ ਵੱਡੀ ਜਿਹੜੀ ਉਪਲਬਧੀ ਹਾਸਿਲ ਕੀਤੀ ਹੈ। ਮਲੂਕਾ ਸਾਹਿਬ ਨਾਲ ਵੀ ਗੱਲ ਕਰਾਂਗੇ। ਮਲੂਕਾ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਹੈ ਨਾ ਐਡੀ ਛੋਟੀ ਉਮਰ ਦੇ ਵਿੱਚ ਬੱਚੇ ਨੇ ਐਡੀ ਵੱਡੀ ਅਚੀਵਮੈਂਟ ਕੀਤੀ ਹੈ? ਵੇਖੋ, ਹਿੰਦੁਸਤਾਨ ਦੇ ਲੋਕ, ਖਾਸ ਕਰਕੇ ਪੰਜਾਬ ਦੇ ਲੋਕ ਬੜੇ ਹਿੰਮਤੀ ਅਤੇ ਮਿਹਨਤੀ ਨੇ, ਬਹਾਦਰ ਨੇ। ਇਹ ਕਿਤੇ ਵੀ ਜਾਂਦੇ ਨੇ ਆਪਦੀ ਛਾਪ ਛੱਡਦੇ ਨੇ, ਆਪਣੀ ਅਕਲ ਦੇ ਨਾਲ ਲੋਕਾਂ ਦੇ ਉੱਤੇ ਅਸਰ ਪਾਉਂਦੇ ਨੇ, ਰਿਸਕ ਲੈ ਲੈਂਦੇ ਨੇ। ਜਿਹੜੀ ਕੌਮ ਰਿਸਕ ਲੈ ਲੈਂਦੀ ਹੈ ਉਹ ਤਰੱਕੀ ਵੀ ਕਰ ਜਾਂਦੀ ਹੈ। ਇਸੇ ਕਰਕੇ ਪੰਜਾਬੀ ਜਿੱਥੇ ਵੀ ਗਏ ਆ ਉਹਨਾਂ ਨੇ ਆਪਦਾ ਨਾਂ ਬਣਾਇਆ, ਚਾਹੇ ਬਿਜ਼ਨਸ ਦੇ ਖੇਤਰ ਦੇ ਵਿੱਚ ਹੈ, ਚਾਹੇ ਕੋਈ ਹੋਰ ਹੈ। ਈਵਨ ਹੁਣ ਸਿਆਸਤ ਦੇ ਵਿੱਚ ਵੀ ਪੰਜਾਬੀ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੇ ਨੇ। ਕੈਨੇਡਾ ਦੇ ਵਿੱਚ ਜਾ ਕੇ ਵੇਖ ਲਓ ਵੀ ਮਿਨਿਸਟਰ ਬਣ ਗਏ 4-5 ਬੰਦੇ, 18 MP ਬਣ ਗਏ ਅਤੇ CM ਬਣ ਗਿਆ ਸੀਗੇ ਪਿੱਛੇ ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਮੈਂਬਰ ਪਾਰਲੀਮੈਂਟ, ਇੰਗਲੈਂਡ ਦੇ ਵਿੱਚ ਮਿਨਿਸਟਰ ਨੇ, ਖਜ਼ਾਨਾ ਮੰਤਰੀ ਇੰਡੀਆ ਦਾ, ਅਮਰੀਕਾ ਦੇ ਵਿੱਚ ਸਨੇਟਰ ਬਣ ਗਏ, 2 ਗਵਰਨਰ ਬਣ ਗਏ ਸੀ ਪੰਜਾਬ ਦੇ। ਸੋ ਪੰਜਾਬੀਆਂ ਦੇ ਵਿੱਚ ਇੱਕ ਲਗਨ ਹੈ ਅੱਗੇ ਵਧਣ ਦੀ, ਬਹਾਦਰੀ ਦੀ। ਸੋ ਉਸੇ ਕੜੀ ਦੇ ਵਿੱਚ ਵੀ ਇੰਗਲੈਂਡ, ਜਿਹੜਾ ਕਿ ਜਿਹਨੇ ਦੁਨੀਆਂ ਦੇ ਉੱਤੇ ਰਾਜ ਕੀਤਾ ਅੰਗਰੇਜ਼ਾਂ ਨੇ, ਉਹਨਾਂ ਦੇ ਦੇਸ਼ ਦੇ ਵਿੱਚ ਜਾ ਕੇ ਪੰਜਾਬੀਆਂ ਨੇ ਜਾਂ ਮੈਂਬਰ ਪਾਰਲੀਮੈਂਟ ਬਣਨਾ ਜਾਂ MLA ਬਣਨਾ, ਉਹ ਕਾਫੀ ਔਖਾ ਹੁੰਦਾ ਉਹ ਵੀ ਕੰਮ। ਅਤੇ ਯੂਨੀਵਰਸਿਟੀ ਦੇ ਵਿੱਚ ਜਿੱਥੇ ਇੰਨੀ ਵੱਡੀ ਗਿਣਤੀ ਸਟੂਡੈਂਟਾਂ ਦੀ ਹੋਵੇ,
ਉਹ ਵੀ ਗੋਰਿਆਂ ਦੀ ਹੋਵੇ, ਗੋਰਿਆਂ ਦੇ ਸਟੂਡੈਂਟਾਂ ਨੂੰ ਕਿਉਂਕਿ ਇੱਕ ਦੂਜੇ ਨਾਲ ਜਲਸੀ ਬੜੀ ਹੁੰਦੀ ਹੈ, ਇਹ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਵੀ ਕਿ ਸਾਥੋਂ ਬਾਹਰ ਨਾ ਕੋਈ ਚੀਜ਼ ਜਾਵੇ, ਅਤੇ ਗੋਰਿਆਂ ਨੇ ਤਾਂ ਕਿਉਂਕਿ ਦੁਨੀਆ 'ਤੇ ਰਾਜ ਕੀਤਾ ਕਰਕੇ ਉਹ ਤਾਂ ਵੈਸੇ ਹੀ ਘਮੰਡ ਰੱਖਦੇ ਨੇ ਕਿ ਅਸੀਂ ਤਾਂ ਦੁਨੀਆ ਦੇ ਉੱਤੇ ਰੂਲ ਕੀਤਾ, ਸਾਡੇ ਉੱਤੇ ਰੂਲ ਕੋਈ ਕਿਵੇਂ ਕਰ ਸਕਦਾ। ਸੋ ਉਹੋ ਜਿਹੀ ਯੂਨੀਵਰਸਿਟੀ ਦੇ ਵਿੱਚ ਜਾ ਕੇ 2 ਸਾਲਾਂ ਦੇ ਵਿੱਚ ਇਸ ਲੜਕੇ ਨੇ ਆਪਣੀ ਆਪਣੀ ਅਕਲ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਪਦਮਜੀਤ ਸਿੰਘ ਮਹਿਤਾ ਜੋ ਮਹਿਤਾ ਸਾਹਿਬ ਦਾ ਬੇਟਾ ਹੈ, ਛੋਟੀ ਜਿਹੀ ਉਮਰ ਦੇ ਵਿੱਚ ਹੀ, ਅਤੇ ਆਪਣੀ ਕਾਬਲੀਅਤ ਦੇ ਨਾਲ ਐਡੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਇੰਨੇ ਵੱਡੇ ਜਿੱਥੇ 22-23 ਹਜ਼ਾਰ ਸਟੂਡੈਂਟ ਪੜ੍ਹਦਾ, ਉਹ ਵੀ ਜ਼ਿਆਦਾ ਗਿਣਤੀ ਵੱਡੀ ਗਿਣਤੀ ਗੋਰਿਆਂ ਦੀ ਹੈ, ਉਹਦੇ ਵਿੱਚ ਜਾ ਕੇ ਇੰਨੀ ਵੱਡੀ ਜਿੱਤ ਪ੍ਰਾਪਤ ਕਰਨੀ ਸਿੱਧੀ ਪ੍ਰਧਾਨਗੀ ਦੀ ਚੋਣ ਦੇ ਵਿੱਚ, ਇਹ ਕੋਈ ਛੋਟੀ ਗੱਲ ਨਹੀਂ ਹੁੰਦੀ, ਬੜਾ ਔਖਾ ਕੰਮ ਹੁੰਦਾ ਲੋਕਾਂ ਨੂੰ, ਸਟੂਡੈਂਟ ਨੂੰ ਇੰਪ੍ਰੈਸ ਕਰਨਾ ਬਹੁਤ ਔਖਾ ਹੁੰਦਾ, ਅਤੇ ਜੇ ਕਰਕੇ ਉਹ ਬਣਿਆ ਤਾਂ ਇਹਦਾ ਮਤਲਬ ਲੋਕਾਂ 'ਚ ਉਹਨੇ ਕੰਮ ਕੀਤਾ, ਹਰਮਨ ਪਿਆਰ ਤਾਪ ਦੀ ਛੱਡੀ ਹੈ, ਤਾਂ ਹੀ ਗੋਰਿਆਂ ਨੇ ਉਹਨੂੰ ਵੋਟਾਂ ਪਾਈਆਂ ਨੇ, ਗੋਰੇ ਨਹੀਂ ਛੇਤੀ ਕੀਤੇ ਵੋਟਾਂ ਪਾਉਂਦੇ ਹੁੰਦੇ। ਸੋ ਮੈਂ ਕਹਿੰਦਾ ਉਹਨੂੰ, ਲੜਕੇ ਨੂੰ ਵੀ ਮੈਂ ਵਧਾਈ ਦਿੰਦਾ, ਪਰਿਵਾਰ ਨੂੰ ਵੀ ਸਾਰਿਆਂ ਨੂੰ ਵਧਾਈ ਦਿੰਦਾ ਕਿ ਬੜੀ ਵਧੀਆ ਗੱਲ ਹੈ ਕਿ ਇੱਕ ਲੜਕਾ ਜਾ ਕੇ ਯੂਨੀਵਰਸਿਟੀ ਦੇ ਵਿੱਚ ਇੰਨੀ ਵਧੀਆ ਉਹਨੇ ਆਪਦਾ ਉੱਥੇ ਛਾਪ ਛੱਡੀ ਹੈ ਜਾ ਕੇ, ਪ੍ਰਧਾਨ ਗਾ ਗੋਰਿਆਂ ਦੇ ਮੁਲਕ ਦੇ ਵਿੱਚ ਕਿਸੇ ਯੂਨੀਵਰਸਿਟੀ ਦਾ ਪ੍ਰਧਾਨ ਚੁਣਿਆ ਜਾਣਾ, ਉਹ ਵੀ ਸਟੂਡੈਂਟਾਂ ਦਾ, ਕਾਫੀ ਮਿਹਨਤ ਰੱਖਦਾ ਹੁੰਦਾ। ਸੋ ਵਾਕਈ ਉਹਨੇ ਪਿਆਰ ਦੇ ਨਾਲ, ਲੋਕਾਂ ਨੂੰ ਸਤਿਕਾਰ ਦੇ ਨਾਲ, ਆਪਣੇ ਕੰਮਾਂ ਦੇ ਨਾਲ ਲੋਕਾਂ ਦਾ ਮਨ ਮੋਹਿਆ ਹੋਏਗਾ, ਤਾਂ ਹੀ ਸਟੂਡੈਂਟ ਉਹਦੇ ਨਾਲ ਲੱਗੇ ਹੋਣਗੇ, ਤਾਂ ਹੀ ਐਡੀ ਵੱਡੀ ਜਿੱਤ ਪ੍ਰਾਪਤ ਹੋਈ ਹੈ। ਸੋ ਬਿਲਕੁਲ ਉਹਦੀ ਕਾਬਲੀਅਤ ਦੀ ਅਸੀਂ ਦਾਦ ਦਿੰਦੇ ਹਾਂ। ਤਾਂ ਬਿਲਕੁਲ, ਹੁਣ ਜਿਹੜਾ ਪਰਿਵਾਰ ਦੇ ਵਿੱਚ ਪਦਮਜੀਤ ਸਿੰਘ ਮਹਿਤਾ ਜੋ ਕਿ ਕਰੀਬ 21 ਸਾਲਾਂ ਦਾ ਹੈ, ਜਿਸ ਨੇ ਬੜੀ ਵੱਡੀ ਅਚੀਵਮੈਂਟ ਕੀਤੀ ਹੈ ਇੰਗਲੈਂਡ ਦੇ ਵਿੱਚ, ਅਤੇ ਪਰਿਵਾਰ 'ਚ ਪੂਰੀ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਜਿਹੜੀਆਂ, ਵਧਾਈਆਂ ਦਾ ਸਿਲਸਿਲਾ ਚੱਲ ਰਿਹਾ ਹੈ। ਜਿਵੇਂ ਕਿ ਮਲੂਕਾ ਸਾਹਿਬ ਨੇ ਵੀ ਦੱਸਿਆ ਕਿ ਬੜੀ ਵੱਡੀ ਅਚੀਵਮੈਂਟ ਹੈ, ਕਿਉਂਕਿ ਗੋਰਿਆਂ ਦੀ ਧਰਤੀ 'ਤੇ ਆਪਣੇ ਹਿੰਦੁਸਤਾਨੀ ਦਾ ਇਸ ਤਰ੍ਹਾਂ ਦਾ ਕਾਰਨਾਮਾ ਜਿਹੜਾ ਉਹ ਬਹੁਤ ਵੱਡੀ ਜਿਹੜੀ ਹੋਂਦ ਹੈ ਉਹ ਵੀ ਰੱਖਦਾ ਹੈ। ਕੈਮਰਾਮੈਨ ਮੁਕੁਲ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ ਟੀਵੀ, ਬਠਿੰਡਾ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।